ਹੈਲੋ ਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਆਪਾਂ ਲੈ ਗਏ ਆਏ ਤੁਹਾਡੇ ਸਾਹਮਣੇ ਇੱਕ ਨਵਾਂ ਵਲੋਗ ਜੀ। ਵੈਲਕਮ ਬੈਕ ਟੂ ਤੁਹਾਡਾ ਆਪਣਾ ਚੈਨਲ ਹੈਪੀ ਪੂਨਮ। ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਨ 500 ਮੀਟਰਸ ਬੇਅਰ ਰਾਈਟ। ਆਪਾਂ ਉੱਥੋਂ ਚਾਲੇ ਪਾਲੇ ਵਾਪਸੀ ਦੇ ਰਸਤੇ ਹੀ ਮਿਲਾਂਗੇ ਆਪਾਂ ਤੁਹਾਨੂੰ, ਜਿੱਥੇ ਕਿਤੇ ਜਾਵਾਂਗੇ। ਸੁਣੋ, ਚਾਲੇ ਕਿਉਂ ਕਹਿੰਦੇ ਜੀ? ਵਧੀਆ, ਹੁਣ ਆਪਾਂ ਤੁਹਾਨੂੰ ਮਿਲਦੇ ਆਪਾਂ ਰਸਤੇ। ਚੰਗਾ ਜੀ। ਥੋੜਾ ਅੱਗੇ ਆ ਜੀ, ਆਪਣੀ ਸਲਾਹ ਬਣਦੀ ਪਈ ਕਿਤੇ ਜਾਣ ਦੀ। ਗੋਆ ਮਿੰਨੀ ਵੇਖਦੇ ਪੰਜ ਸਾਨੂੰ ਲੱਭ ਗਿਆ ਤਾਂ ਫਸਲ ਜਾਵਾਂਗੇ। ਨਹੀਂ ਤੇ ਫਿਰ ਘਰ ਹੈਗਾ ਅੰਮ੍ਰਿਤਸਰ, ਸੇਫਟੀ ਦਾ ਘਰ, ਉੱਥੇ ਜਾ ਕੇ ਮਿਲਾਂਗੇ। ਚੰਗਾ ਜੀ, ਆ ਤੂੰ ਲੈ ਰਾਜਾ। ਤੁਹਾਨੂੰ ਨਾ ਜੀ, ਪਹਾੜੀਆਂ ਦਾ ਵਿਆਹ ਵੇਖ ਲਓ, ਵੇਖਿਆ ਕਿਵੇਂ ਪੱਗਾਂ ਮੰਨੀਆਂ ਨਾਲ। ਤੂੰ ਲੈ ਆਣੀ ਲਓ ਜੀ, ਜਾਮ ਲਾਇਆ ਬੜਾ ਕਿੰਨਾ ਨੇ। ਹਾਂ ਮੈਂ ਬੱਕਰੀਆਂ ਨੇ ਜਾਮ ਲਾਤਾ ਸੀ, ਭੇਡਾਂ ਬੱਕਰੇ ਵੀ ਹੈਗੇ ਨਿਆਣੇ ਕਹਿੰਦੇ ਦੱਸ ਦਿਓ ਮੈਂ ਲੈ ਹੁਣ ਤੁਰਿਆ ਜੀ। ਲਓ ਜੀ, ਕੁਲਚਾ ਖਾਣ ਲੱਗੇ ਆਪਾਂ, ਨਾਨ ਅੰਮ੍ਰਿਤਸਰੀ ਨਾਨ, ਨਾਲ ਆ ਮਸਾਲਾ ਸੋਡਾ। ਮੁੜ ਗਏ ਆ ਮਿੰਨੀ ਗੋਆ ਵੱਲ, ਬਹੁਤ ਹੀ ਨਿੱਕੀ ਸੜਕ ਹੈਗੀ ਹੈ, ਲਿੰਕ ਰੋਡ ਸਿੰਗਲ ਲਾਈਨ ਹੈਗੀ, ਬਸ ਬੜਾ ਔਖਾ ਜਿਹਾ ਰਾਹ ਹੈਗਾ। ਤੇ ਮਿਲਦੇ ਆਪਾਂ ਤੁਹਾਨੂੰ ਉੱਥੇ ਜਾ ਕੇ ਬੀਚ 'ਤੇ। ਚੰਗਾ ਜੀ, ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਗੋਆ ਵਾਲੇ ਬੀਚ 'ਤੇ। ਰਹਿਮਣ ਵਰਗੀ ਆਪਣੇ ਚੁੜੇ 'ਚ ਉਹਦੇ ਨਜ਼ਾਰੇ ਲੈਣ ਦੀ ਹੈ, ਜੰਪਿੰਗ ਕਰੋ ਅੱਠੇ ਰੱਖ। ਸਾਰਾ ਹੈਗਾ ਵਧੀਆ, ਪਰ ਆਪਾਂ ਇਹ ਥੋੜ੍ਹਾ ਗਲਤ ਟਾਈਮ ਆਏ, ਖੜਾ ਸ਼ੁਰੂ ਹੋਣ ਲੱਗਾ, ਦੁਬਾਰਾ ਸ਼ੁਰੂ ਹੋ ਜਾਣਾ ਕੱਟੀ ਮਾਰਚ ਤੋਂ ਬਾਅਦ, ਫਿਰ ਆਪਾਂ ਖਾਣਾ ਬਣਾਵਾਂਗੇ ਵਧੀਆ। ਮੈਂ ਹੈਂਡ ਫੜਿਆ, ਬਾਹ ਨੀ ਫੜੀ, ਝੂਠ। ਪਾਣੀ ਪਤਾ ਕਿੰਨਾ ਵਾ ਇਹਦੇ ਚੱਲਣ ਦੀ ਪ੍ਰੀ ਵੈਡਿੰਗ ਸ਼ੂਟ ਆਵੇ। ਅੱਧਾ ਕਰੇ ਆਹਾ ਨੇ ਨਜ਼ਾਰੇ ਲੈਣ ਦੀ ਪੂਰੇ, ਅਤੇ ਇੱਕ ਪ੍ਰੀ ਵੈਡਿੰਗ ਇੱਧਰ ਚੱਲਦਾ ਵਾ। ਇੱਥੇ ਪ੍ਰੀ ਵੈਡਿੰਗ ਸ਼ੂਟ ਜ਼ਿਆਦਾ ਹੁੰਦੇ,
ਪ੍ਰੀ ਵੈਡਿੰਗ ਨਾ ਸ਼ੂਟ ਇੱਥੇ ਕਰਦੇ ਜਿਹੜੇ ਕਰਦੇ ਨੇ ਜਿਹੜੇ ਆਪਾਂ ਵੇਹਦੇ ਨਾ ਸਾਰੇ ਇੱਥੇ ਕਰਦੇ ਨੇ ਧਿਆਨ ਨਾ ਜ਼ਿਆਦਾ ਅੱਗੇ ਨਾ ਜਾਇਓ ਨਹੀਂ ਨਹੀਂ ਕਰਨੀ ਹਾਂ ਉੱਥੇ ਕੀਤੀ ਨੀ ਸੀ ਮੱਛੀਆਂ ਫੜਨ ਦਿਆ ਮੱਛੀ ਸਾਡੇ ਜੋਗੀ ਫੜਨ ਲਗਾਏ ਘਰ ਜਾ ਕੇ ਬਣਾ ਲਿਓ ਫਿਰ ਆਪਾਂ ਰਾਤ ਕੋ ਤਲ ਕੇ ਖਾਣੀ ਹੈ ਮੱਛੀ ਜਲਕੀ ਰਾਣੀ ਹੈ ਬਹਿਣਾ ਬਣਾ ਕੇ ਇਹਨੇ ਬਹਿਸ ਕਰੇ ਲਓ ਜੀ ਅਸੀਂ ਮਿੰਨੀ ਗੋਆ ਗਏ ਤੁਰ ਮਿੰਨੀ ਗੋਆ ਹੈਗਾ ਤਾਂ ਵਧੀਆ ਹੈ ਪਰ ਬੋਟਿੰਗ ਪੁਆਇੰਟ ਸਾਰੇ ਬੰਦ ਹੈਗੇ ਸੀ 31 ਮਾਰਚ ਨੂੰ ਬਾਹਰ ਸ਼ੁਰੂ ਹੋਣੇ ਨੇ ਠੇਕਾ ਭਰਨਾ ਮੈਂ ਇਹ ਭਰਨ ਲੱਗਾ ਠੇਕਾ ਜੇ ਤੁਸੀਂ ਭਰਨਾ ਲਿਆ ਅੱਜ ਬਾਕੀ ਆਪਾਂ ਵੇਖਦੇ ਕੀ ਬਣਦਾ ਹੁਣ ਆਪਾਂ ਚੱਲਦੇ ਹਾਂ ਘਰਾਂ ਨੂੰ ਮਿਲਦੇ ਆਪਾਂ ਤੁਹਾਨੂੰ ਰਸਤੇ ਜੇ ਕਿਤੇ ਮਿਲਦੇ ਤਾਂ ਚੰਗਾ ਜੀ ਮਿਹਨਤ ਬਹੁਤ ਕੀਤੀ ਜੀ ਲਓ ਜੀ ਅਗਲੇ ਦਿਨ ਦੀ ਹੋ ਗਈ ਹੈ ਸਵੇਰ ਆਪਾਂ ਆ ਗਏ ਸੀ ਘਰੇ ਕੱਲ੍ਹ ਥੱਕ ਬੜਾ ਗਏ ਆ ਗਈ ਨੀਂਦ ਰਾਤੀ ਥੋੜ੍ਹੀ ਥੋੜ੍ਹੀ ਰੋਟੀ ਖਾਧੀ ਅਤੇ ਫਿਰ ਹੋ ਗਏ ਆਪਾਂ ਹੁਣ ਤਾਂ ਆਪਾਂ ਤਿਆਰ ਹੋ ਗਏ ਅਤੇ ਨਾਲੇ ਆਪਾਂ ਖਾਣ ਗਏ ਰੋਟੀ ਆਲੂ ਵਾਲਾ ਪਰੌਂਠਾ ਨਾਲ ਦਹੀਂ ਲੱਸੀ ਬਣਦੀ ਪਈ ਨਾਲ ਲੱਸੀ ਪੀਆਂਗੇ ਅਤੇ ਫਿਰ ਆਪਾਂ ਜਾਣਾ ਰਹਿਮਤ ਸਕੂਲ ਲੈਣ ਅਤੇ ਆਪਾਂ ਸਕੂਲੋਂ ਲੈ ਗਏ ਫਿਰ ਆਪਾਂ ਵਿਹਲੇ ਹੀ ਹਾਂ ਅਤੇ ਆਪਾਂ ਵਲੋਗ ਜੇ ਆਪਾਂ ਇੱਥੇ ਐਂਡੇ ਹੀ ਕਰਦੇ ਆਪਾਂ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੋਗ 'ਚ ਅਤੇ ਜੇ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਅਤੇ ਸ਼ੇਅਰ ਤਾਂ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੜਾ ਮਿਹਰਬਾਨੀ ਤੁਹਾਡੀ ਚੰਗਾ ਹੀ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੋਗ ਚੰਗਾ ਜੀ ਸਤਿ ਸ਼੍ਰੀ ਅਕਾਲ